ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਬਾਹਰ ਮਹਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਜਤਿੰਦਰ ਕੌਰ ਸੋਨੀਆ ਦੀ ਅਧਿਅਕਸ਼ਤਾ 'ਚ ਮਹਿਲਾ ਕਾਰਜਕਰਤਾਵਾਂ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਪ੍ਰਸਤਾਵਿਤ ਬਜਟ ਨੂੰ ਲੋਕ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰ ਨਾਅਰੇਬਾਜ਼ੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਪੁਤਲਾ ਫੂਕਿਆ। ਅੱਜ ਦਾ ਹਮਾਰਾ ਜੋ ਧਰਨਾ ਪ੍ਰਦਰਸ਼ਨ ਥਾ ਵੋ ਕੇਂਦਰ ਕੀ ਮੋਦੀ ਸਰਕਾਰ ਕੇ ਖਿਲਾਫ ਥਾ, ਕਿਉਂਕਿ ਮੋਦੀ ਸਰਕਾਰ ਜੋ ਪਿਛਲੇ 4 ਸਾਲੋਂ ਸੇ ਖਾਲੀ ਲੋਗੋ ਕੇ ਸਾਥ ਵਾਅਦੇ ਕਰ ਰਹੀ ਹੈ, ਆਪਣੀ ਚਿਕਨੀ ਚੁਪੜੀ ਬਾਤੋਂ ਸੇ ਲੋਗੋ ਕੋ ਲੁਭਾ ਰਹੀ ਹੈ। ਏਕ ਵੀ ਵਾਅਦਾ ਜੋ ਲੋਗੋ ਕੇ ਸਾਥ ਕੀਆ ਥਾ ਇਸ ਸਰਕਾਰ ਨੇ ਪੂਰਾ ਨਹੀਂ ਕੀਆ। ਅਬ ਦੇਖੀਏ ਕੱਲ ਜੋ ਇਨਕਾ ਨਯਾ ਬਜਟ ਆਯਾ ਹੈ, ਵਿੱਤ ਮੰਤਰੀ ਅਰੁਣ ਜੇਤਲੀ ਜੀ ਸੇ ਲੋਗੋ ਕੋ ਬੜੀ ਉਮੀਦੇ ਥੀ, ਦੇਸ਼ ਕੀ ਜਨਤਾ ਕੋ ਬਹੁਤ ਉਮੀਦ ਥੀ ਕਿ ਸ਼ਾਇਦ ਯੇ ਬਜਟ ਉਨਕੋ ਕੁਛ ਰਾਹਤ ਦੇਗਾ, ਲੇਕਿਨ ਯੇ ਜੋ ਬਜਟ ਹੈ ਇਸਨੇ ਨਾ ਤੋ ਕਿਸਾਨ ਕੋ, ਨਾ ਵਪਾਰੀ ਕੋ, ਨਾ ਮਜ਼ਦੂਰ ਕੋ, ਨਾ ਆਮ ਗ੍ਰਹਿਣੀ ਕੋ। ਆਜ ਦੇਖ ਲੀਜੀਏ ਘਰ ਕੀ ਦੈਨਿਕ ਉਪਯੋਗ ਮੇ ਆਨੇ ਵਾਲੀ ਸਭੀ ਵਸਤੂਏ, ਚਾਹੇ ਵੋ ਰਾਸ਼ਨ ਹੋ, ਸਬਜ਼ੀ ਹੋ, ਗੈਸ ਸਿਲੰਡਰ ਹੋ, ਸਭੀ ਚੀਜ਼ੇ ਜੋ ਹੈ ਵੋ ਇਤਨੀ ਜ਼ਿਆਦਾ ਉਨਕੇ ਭਾਵ ਜੋ ਹੈ ਆਸਮਾਨ ਕੋ ਛੂ ਰਹੇ ਹੈ। ਯੇ ਸਾਰਾ ਕੁਛ ਇਸ ਕੇਂਦਰ ਕੀ ਮੋਦੀ ਸਰਕਾਰ ਕੀ ਦੇਨ ਹੈ। ਲੋਗੋ ਨੇ ਇਨਕੀ ਬਾਤੋਂ ਮੇ ਆ ਕੇ ਇਨਕੀ ਬਾਤੋਂ ਪਰ ਵਿਸ਼ਵਾਸ ਕਰਕੇ ਇਨਕੋ ਸੱਤਾ ਦੀ, ਲੇਕਿਨ ਇਨ੍ਹੋਂਨੇ ਆਪਣੇ ਜੁਮਲੇ ਸੇ ਆਪਣੇ ਜੁਮਲੋ ਸੇ ਆਪਣੇ ਲੱਛੇਦਾਰ ਭਾਸ਼ਣੋ ਸੇ ਲੋਗੋ ਕੋ ਅੱਛੇ ਦਿਨੋਂ ਕੇ ਸਬਜ ਬਾਗ ਦਿਖਾਏ। ਦੇਸ਼ ਕੀ ਜਨਤਾ ਇਨਕੋ ਨਕਾਰ ਚੁੱਕੀ ਹੈ। ਆਨੇ ਵਾਲੀ 2019 ਕੀ ਲੋਕ ਸਭਾ ਇਲੈਕਸ਼ਨ ਮੇ ਲੋਕ ਇਨਕੋ ਇਨਕੀ ਜੋ ਇਨ੍ਹੋਂਨੇ ਕੀਆ ਪਿਛਲੇ 4 ਸਾਲੋਂ ਮੇ ਲੋਕ ਆਪਣੇ ਵੋਟ ਕੇ ਮਾਧਿਅਮ ਸੇ ਇਸ ਸਰਕਾਰ ਕੋ ਜਵਾਬ ਦੇਂਗੇ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।